بنبيين نربيين برسولين مدنيين بأخيه يصلوا مسمى بأليين وبنوها بتولين بوالدتها والسبتها والشبلاي وهما ونجل زكيما بسجا وديبا بالباكري والصادق حقا بموسى ورزا وتقيا ونقيا ومثل اسكري والحجات القائم بالحق الذي يجرب مصائف بحكم ازليا بتقبل بقبول حسن ربا دوانا بعليا بعلي يا صيب زمان وادركنا بحق دميلا فضل الشهداء اللهم صل على محمد وآل محمد الصلوات نعرہ تکبیر نعرہ تکبیر نعرہ رسالت نعرہ رسالت نعرہ حیدری نعرہ حیدری صلوات باواز بلند کو اللهم صل علی محمد وآل محمد کائنات خالق تو دا ٹر رہے منظور فرماوے سادہ دا صفے ماتم وچھایا اپنے بارگاہ وچ قبول فرماوے ہر مومن موالی نو مولا ہر تکلیف پریشانی تو محفوظ فرماوے جنہ جنہ مومنا میرے ذمے دعائیں لائیو ان امام حسین دے صدقے اپنی بارگاہ وچ منظور فرماوے میں حقیر دی نوکری اپنی بارگاہ وچ قبول فرماوین سارے بارویں ہادی دا جل ظہور فرماوین علی کے فضائل کہاں کہاں رکھوں سلامت رہو بھائی زندگی دراز ہوں تھوڑیاں مولا حسین تو سلامت رکھیں علی کے فضائل کہاں کہاں رکھوں دل و دماغ کی یارو دکان چھوٹی ہے شاباش بھائی شاباش سلامت رہو بھائی سلامت رہو علی کے فضائل کہاں کہاں رکھوں دل و دماغ کی یارو دکان چھوٹی ہے علی کا ذکر ہو بیاں کیسے ذاکر سے علی کا ذکر بڑا ہے زبان چھوٹی ہے سلامت رہو مولا حسین تو سلامت رکھے سخی بادشاہ تو رنگ لاوے تخلیق کے پنجتن پہ خدا کو غرور ہے بسم اللہ کرا تخلیق کے پنجتن پہ خدا کو غرور ہے اوصاف کبریا کا انہی سے ضرور ہے آیت تطہیر نے یہ کر دیا اعلان وہ نجس ہے جو آل محمد سے دور ہے سلامت رہو مولا حسین تو سلامت رکھے خوش قسمت ہے وہ انسان جن دا علی جی امام ہے علی امام صرف شیعہ تے سنیہ دا نہیں علی امام پوری کائنات دا امام ہے اگو ہر کائن دے ظرف دی باتے کوئی من لوے توتی علی علی ہے کوئی نہ مننے انہاں دے بارے سوچنا نہیں چاہیدا انہاں نو من لونا چاہیدا ہے بسم اللہ اے دے کریم اے لجپال انسان دی غربت نہیں دے دیں جائیداد نہیں دے دیں نیت پسند آوے کہنو ماچس دین دین سلامت رہو بھائی نیت پسند آوے کہنو نانچس دین دین انہاں دے دروازے تے تو اساں نہیں پیندے انہاں دے دروازے دے ملائک سوالی ہیں انہاں دے دروازے دے نبی سوالی ہیں یمن دا وسدا نا اب سمسام اپنے وطن تے
ਆਪਣੇ ਮੁਲਕ ਚ ਮਸ਼ਹੂਰੀ ਸੁਣੀ ਸੋ ਮੁਸਲਮਾਨਾਂ ਦਾ ਇੱਕ ਨਬੀ ਆਇਆ ਨਾ ਜਾਂਦਾ ਮੁਹੰਮਦ ਕੋਈ ਬੜਾ ਵੱਡਾ ਕਰੀਮ ਤੇ ਲਜਪਾਲ ਏ ਕਾਇਨਾਤ ਵਾਸਤੇ ਉਹ ਰਹਿਮਤ ਬਣ ਕੇ ਆਇਆ ਸੋਹਣਾ ਇਤਨਾ ਹੈ ਜਿਹੜਾ ਬੰਦਾ ਇੱਕ ਵਾਰੀ ਰੱਜ ਕੇ ਜ਼ਿਆਰਤ ਚ ਕਰੇ ਕਲਮਾ ਪੜ੍ਹੇ ਬਗੈਰ ਹਟਦਾ ਹੀ ਨਹੀਂ ਸਲਾਮਤ ਰਹੋ ਭਾਈ ਮੌਲਾ ਹੁਸੈਨ ਤੁਹਾਨੂੰ ਸਲਾਮਤ ਰੱਖੇ ਸਖੀ ਬਾਦਸ਼ਾਹ ਤੁਹਾਨੂੰ ਰੰਗ ਲਾਵੇ ਦਿਲ ਚ ਹਸਰਤ ਪੈਦਾ ਹੋਈ ਮੈਂ ਵੰਜਾਂ ਤੇ ਵੰਜ ਕੇ ਉਸ ਨਬੀ ਦੀ ਜ਼ਿਆਰਤ ਕਰਾਂ ਜੇ ਸਾਰੀਆਂ ਗੱਲਾਂ ਇੰਨੀਆਂ ਹੋਈਆਂ ਤਾਂ ਵਤ ਕਲਮਾ ਹੀ ਪੜਸਾਂ ਮਲੰਗ ਸਾਈਂ ਅਬੂ ਸਮਸਾਮ ਸਫ਼ਰ ਦੀ ਤਿਆਰੀ ਕੀਤੀ ਸਮਾਂ ਨੇ ਸਫ਼ਰ ਤਿਆਰ ਕੀਤਾ ਭਾਈ ਜਾਨ ਨਾਕਾ ਤੇ ਸਵਾਰ ਹੋ ਕੇ ਅਬੂ ਸਮਸਾਮ ਨੇ ਸਫ਼ਰ ਕਰਨਾ ਸ਼ੁਰੂ ਕੀਤਾ ਇਹੋ ਟਾਈਮ ਆਈ ਅਬੂ ਸਮਸਾਮ ਜਦੋਂ ਮਸਜਿਦ ਨਬੀ ਦੇ ਦਰ ਤੇ ਆ ਕੇ ਆਪਣੀ ਡਾਚੀ ਬਹਾਈ ਨਾਕਾ ਤੋਂ ਲੱਥਾ ਦਰਬਾਰ ਚ ਨਿਗਾਹ ਮਾਰੀ ਤਾਂ ਪਹਿਲੀ ਦੀਦੀ ਹਸਨੈਨ ਦੇ ਨਾਨੇ ਦੇ ਚਿਹਰੇ ਤੇ ਪਈ ਸਲਾਮਤ ਰਹੋ ਭਾਈ ਮੌਲਾ ਹੁਸੈਨ ਤੁਹਾਨੂੰ ਸਲਾਮਤ ਰੱਖੇ ਆਪਣੇ ਆਪ ਨੂੰ ਆਦਾ ਹੇ ਤਾਂ ਉਹਨੇ ਸੋਹਣਾ ਜਿਵੇਂ ਜਿਵੇਂ ਲੋਕ ਆਦੇ ਆਏ ਇੰਨੇ ਬੰਦਿਆਂ ਦੇ ਪਿੱਛੋਂ ਮਹਾਨ ਲੱਗਾ ਮੇਰੇ ਮੌਲਾ ਦੀਦ ਪਈ ਮੇਰੇ ਮੌਲਾ ਫਰਮਾਇਆ ਅਬੂ ਸਮਸਾਮ ਉੱਥੇ ਨਾ ਬਾਓ ਆ ਮੇਰੇ ਤਖ਼ਤ ਕੋਲ ਆ ਬਾਏ ਇੰਨੇ ਬੰਦਿਆਂ ਨੂੰ ਕਰਾਸ ਕਰੇ ਜਾਂਦਾ ਹੈ ਭਾਈ ਜਾਨ ਤਖ਼ਤ ਦੇ ਕਰੀਬ ਆਇਆ ਮੌਲਾ ਦੇ ਕਦਮ ਬੋਸ ਹੋਇਆ ਨਬੀਆਂ ਦੇ ਸਰਦਾਰ ਨਬੀ ਸ਼ਫਕਤ ਦਾ ਹੱਥ ਕੰਡ ਤੇ ਫੇਰਿਆ ਮੇਰੇ ਮੌਲਾ ਫਰਮਾਇਆ ਮੈਂ ਤੇਰਾ ਨਾਮ ਵੀ ਜਾਣਦਾ ਮੈਂ ਤੇਰਾ ਵਤਨ ਵੀ ਜਾਣਦਾ ਮੈਂ ਰਸੂਲ ਤੇਰਾ ਮਕਸਦ ਵੀ ਜਾਣਦਾ ਲੇਕਿਨ ਮੇਰਾ ਦਿਲ ਹੈ ਇੰਨੇ ਤਖ਼ਤ ਦੇ ਕੋਲ ਉੱਠੀ ਖਲੋ ਇੱਕ ਵਾਰੀ ਦਰਬਾਰੀਆਂ ਨੂੰ ਆਪਣਾ ਤਾਰਫ ਕਰਾ ਭਾਈ ਜਾਨ ਅਬੂ ਸਮਸਾਮ ਤਖ਼ਤ ਦੇ ਕੋਲ ਉੱਠੀ ਖੜੇ ਦਰਬਾਰੀਆਂ ਦੇ ਪਾਸੇ ਰੇਖ ਕਹਿਦਾ ਮੁਸਲਮਾਨੋ ਮੈਂ ਯਮਨ ਦਵਸਦਾ ਨਾ ਮੇਰੇ ਅਬੂ ਸਮਸਾਮ ਹੈ ਆਪਣੇ ਵਤਨ ਤੇ ਤੁਹਾਡੇ ਇਸ ਨਬੀ ਦੀ ਸ਼ੋਹਰਤ ਸੁਣੀਏ ਜੋ ਵੱਡਾ ਕਰੀਮ ਤੇ ਵੱਡਾ ਲਜਪਾਲ ਏ ਬਹੁਤ ਵੱਡਾ ਮੌਜਜ਼ ਨੁਮਾ ਹੈ ਤੇ ਸੋਹਣਾ ਇਤਨਾ ਹੈ ਜਿਹੜਾ ਇੱਕ ਵਾਰੀ ਰੱਜ ਕੇ ਜ਼ਿਆਰਤ ਕਰੇ ਕਲਮਾ ਪੜ੍ਹੇ ਬਗੈਰ ਹਟਦਾ ਨਹੀਂ ਆਇਆ ਮੈਂ ਕਲਮਾ ਪੜ੍ਹਨਾ ਪਰ ਇੰਜੇ ਮੈਂ ਪੜ੍ਹਨਾ ਕੋਈ ਨਹੀਂ ਮੇਰੇ ਮੌਲਾ ਫਰਮਾਇਆ ਕਿਵੇਂ ਪੜਸੇ ਹੱਥ ਮੰਨ ਕੇ ਦੇ ਮੌਲਾ ਮੈਂ ਤਾਂ ਉੱਥੋਂ ਸੁਣਿਆ ਤੁਸੀਂ ਵੱਡੇ ਮੌਜਜ਼ ਦਾ ਮਾਂ ਹੋ ਮੈਂ ਕੋਈ ਮੌਜਜ਼ਾ ਵੇਖਸਾਂ ਵਸ ਸੁਣਸਾਂ ਮੇਰੇ ਮੌਲਾ ਫਰਮਾਇਆ ਘਬਰਾ ਨਹੀਂ ਪਰੇਸ਼ਾਨ ਨਾ ਹੋ ਆਖੇ ਤਾਂ ਦਿਨ ਨੂੰ ਰਾਤ ਕਰ ਦੇਵਾਂ ਸ਼ਾਬਾਸ਼ ਭਾਈ ਸ਼ਾਬਾਸ਼ ਸਲਾਮਤ ਰਹੋ ਭਾਈ ਸਲਾਮਤ ਰਹੋ ਹੈਦਰੀ ਰਾਤ ਨੂੰ ਦਿਨ ਕਰ ਦੇਵਾਂ ਦਿਨ ਨੂੰ ਰਾਤ ਕਰ ਦੇਵਾਂ ਮਸ਼ਰਕ ਨੂੰ ਮਗਰਬ ਕਰ ਦੇਵਾਂ ਮਗਰਬ ਨੂੰ ਮਸ਼ਰਕ ਕਰ ਦੇਵਾਂ ਹੱਥ ਬੰਨ ਕੇ ਦੇ ਮੌਲਾ ਇੱਡਾ ਵੱਡਾ ਮੌਜਜ਼ਾ ਨਹੀਂ ਵੇਦਾਂ ਬਸ ਉਹ ਜਿਹੜਾ ਸਾਹਮਣੇ ਖਜੂਰ ਵਾਲਾ ਦਰਖਤ ਖੜਾ ਹੈ ਉਹ ਆਪਣੀ ਜਗ੍ਹਾ ਹੀ ਛੋੜ ਦੇਵੇ ਤੁਹਾਡੇ ਤਖ਼ਤ ਦੇ ਪਾਸੇ ਟੁੱਟਦਾ ਹੀ ਆਵੇ ਤੁਹਾਡੀ ਨਬੂਆ ਦੀ ਗਵਾਹੀ ਵੀ ਦਿੰਦਾ ਆਵੇ ਸ਼ਾਬਾਸ਼ ਭਾਈ ਸ਼ਾਬਾਸ਼ ਸਲਾਮਤ ਰਹੋ ਭਾਈ ਸਲਾਮਤ ਰਹੋ ਮੇਰੇ ਮੌਲਾ ਹਸਨੈਨ ਦੇ ਨਾਨੇ ਦਰਖਤ ਦੇ ਪਾਸੇ ਰਿੱਠਾ ਹੁਕਮ ਨਹੀਂ ਦਿੱਤਾ ਦਰਖਤ ਆਪਣੀ ਜਗ੍ਹਾ ਛੋੜ ਦਿੱਤੀ ਤਖ਼ਤ ਦੇ ਪਾਸੇ ਖਜੂਰ ਦਾ ਦਰਖਤ ਟੁੱਟਦਾ ਵੀ ਆਉਂਦਾ ਹੈ ਬਾਬਾ ਜੀ ਹਰ ਪੱਤੇ 'ਚ ਆਵਾਜ਼ ਪੈ ਆਉਂਦਾ ਲਾ ਇਲਾਹਾ ਇਲੱਲਾਹੁ ਮੁਹੰਮਦੁਰ ਰਸੂਲੱਲਾਹ ਕਦਮਾਂ 'ਤੇ ਬਹੁਤ ਸਾਰੇ ਕਹਿਦੇ ਹੁਣ ਮੈਨੂੰ ਕਲਮਾ ਪੜ੍ਹਾਇਓ ਨਬੀਆਂ ਦੇ ਸਰਦਾਰ ਨਬੀ ਬਾਬਾ ਕਲਮਾ ਪੜ੍ਹਾਇਆ ਪਤਾ ਨਹੀਂ ਅਬੂ ਸਮਸਾਮ ਰਸੂਲ ਦਾ ਕਿਤਨੇ ਦਿਨ ਮਹਿਮਾਨ ਰਿਹਾ ਜਦੋਂ ਵਤਨ ਤੇ ਟੁਰਨ ਲੱਗਾ ਹੱਥ ਬੰਨ ਕੇ ਦੇ ਮੌਲਾ ਤੁਹਾਡਾ ਕਲਮਾ ਪੜ੍ਹ ਕੇ ਮੈਂ ਹੋ ਗਿਆ ਮੁਸਲਮਾਨ ਤੇ ਮੌਲਾ ਮੈਂ ਜੀ 5000 ਬੰਦੇ ਦਾ ਸਰਦਾਰ ਹਾਂ ਇਹ ਤੁਹਾਡਾ ਕਲਮਾ ਉਸ 5000 ਬੰਦੇ ਨੂੰ ਮੈਂ ਪੜ੍ਹਾ ਲਈ ਤੇ ਮੇਰਾ ਇਨਾਮ ਕਿਤਨਾ ਸੀ ਮੇਰੇ ਮੌਲਾ ਫਰਮਾਇਆ ਮੈਂ ਰਸੂਲ ਵਾਦਾ ਕਰੇ ਤਾਂ 100 ਉੱਠ ਦਿਵਸਾਂ 2 ਕੁਹਾਂਡਾ ਹੀਰੇ ਜਵਾਹਰਾਤ ਨਾਲ ਲੜੇ ਹੋਇਆ ਨਾਲ ਜੰਨਤ ਦੀ ਰਸੀਦ ਦਿਵਸਾਂ ਹੱਥ ਬੰਨ ਕੇ ਦੇ ਅਗਰ ਨਾਰਾਜ਼ ਨਾ ਹੋਵੋ ਤਾਂ ਇਹ ਤਹਿਰੀਰ ਤਾਂ ਮੈਨੂੰ ਲਿਖਦੀ ਹੋ
ਨਬੀਆਂ ਦੇ ਸਰਦਾਰ ਨਬੀ ਅਜ਼ਰ ਬਈ ਤਹਰੀਰ ਲਿਖੀ, ਉੱਥੇ ਨਬੂਵਤ ਦੀ ਮੁਹਰ ਲਾਈ, ਤਹਰੀਰ ਲੈ ਕੇ ਤੁਰ ਪਈਆ, ਅੱਜ ਨਾਵੇਂ ਕਦਮ ਤਾਈਂ ਨਹੀਂ ਗਿਆ, ਵੱਧ ਹੱਟ ਆਇਆ, ਕਦਮਾਂ 'ਤੇ ਹੱਥ ਲਾ ਕੇ ਦੇ ਮੌਲਾ ਤੁਹਾਡੇ ਨਾਲ ਵਾਅਦਾ ਤਾਂ ਮੈਂ ਕੀਤਾ ਜੋ ਉਸ 5000 ਬੰਦੇ ਨੂੰ ਮੁਕਲਮਾ ਪੜ੍ਹੀ ਸਾਂ, ਉਹਨਾਂ ਕੋਈ ਇੱਕ ਦਿਨ 'ਚ ਪੜ੍ਹ ਲਵਣਾ ਹੈ ਮੌਲਾ। ਉਹ ਕਹਿਣ ਲਈ ਦੋ ਬੰਦੇ ਪੜਸਨ, ਕਹਿਣ ਲਈ ਚਾਰ ਪੜਸਨ, ਕਹਿਣ ਲਈ 10 ਪੜਸਨ, ਪਤਾ ਨਹੀਂ ਉੱਥੇ ਮੇਰੇ ਕਿਤਨੇ ਦੇਣ ਲੱਗੇ ਨੇ। ਮੌਲਾ ਮੌਤ ਹੀ ਹੱਕ ਹੈ, ਹੋ ਸਕਦਾ ਹੈ ਮੈਂ ਉਦਾਂ ਹੀ ਮਰ ਵੰਨਾ, ਹੋ ਸਕਦਾ ਉਸ 5000 ਬੰਦੇ ਨੂੰ ਕਲਮਾ ਪੜ੍ਹਾ ਕੇ ਮੈਂ ਮਦੀਨੇ ਆਵਾਂ, ਤੁਸਾਂ ਕੋਈ ਨਾ ਹੋਵੋ। ਮੇਰੇ ਮੌਲਾ ਫਰਮਾਇਆ, ਘਬਰਾ ਨਹੀਂ, ਪਰੇਸ਼ਾਨ ਨਾ ਹੋ, ਅਗਰ ਮੈਂ ਕੋਈ ਨਾ ਸਾਂ ਤਾਂ ਇਹ ਇਨਾਮ ਤੈਨੂੰ ਉਹ ਦੇ ਸੀ ਜਿਹੜਾ ਮੇਰਾ ਅਸਲੀ ਜਾਂ ਨਸ਼ੀਨ ਹੋ ਸੀ। ਸ਼ਾਬਾਸ਼ ਭਾਈ, ਸ਼ਾਬਾਸ਼, ਸਲਾਮਤ ਰਹੋ ਭਾਈ, ਸਲਾਮਤ ਰਹੋ, ਮੌਲਾ ਹੁਸੈਨ ਤੋਂ ਸਲਾਮਤ ਰੱਖੇ, ਸਖੀ ਬਾਦਸ਼ਾਹ ਤੋਂ ਲੰਘ ਲਵੇ। ਭਾਈ ਜੀ ਆਪਣੇ ਵਤਨ 'ਤੇ ਆਇਆ, ਬੰਦਿਆਂ ਨੂੰ ਕਲਮਾ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਉਹ ਕਹਿਣ ਲਈ ਦੋ ਬੰਦੇ ਪੜ੍ਹੇ ਨੇ, ਕਹਿਣ ਲਈ ਚਾਰ ਪੜ੍ਹੇ ਨੇ, ਕਹਿਣ ਲਈ 10 ਪੜ੍ਹੇ ਨੇ, ਪਤਾ ਨਹੀਂ ਅਬੂ ਸ਼ਮਸ਼ਾਮ ਦੇ ਕਿਤਨੇ ਦੇਣ ਲੱਗੇ। 38 ਵਾਲਿਓ ਜਦੋਂ 5000 ਬੰਦੇ ਕਲਮਾ ਪੜ੍ਹ ਲਿਆ, ਇੱਕ ਦਿਨ ਆਪਣੇ ਆਪ ਨੂੰ ਅਦਾ ਵੰਨਾ ਰਸੂਲ ਤੋਂ ਆਪਣਾ ਇਨਾਮ ਤਾਂ ਲਾਇਆ ਵਾਂ, ਉਹਨੇ ਸਮਾਨ ਸਫ਼ਰ ਤਿਆਰ ਕੀਤਾ, ਉਹਨੇ ਨਾਕਾ 'ਤੇ ਸਵਾਰ ਹੋ ਕੇ ਅਬੂ ਸ਼ਮਸ਼ਾਮ ਨੇ ਸਫ਼ਰ ਕਰਨਾ ਸ਼ੁਰੂ ਕੀਤਾ। ਅੱਲਾ ਜਾਣਦਾ ਹੈ ਉਹਨੇ ਦੀਗਰ ਢਲਦੀ ਪਈ ਆਈ। ਅਬੂ ਸ਼ਮਸ਼ਾਮ ਆਪਣੀ ਨਾਕਾ ਮਸਜਿਦ ਨਬੀ ਦੇ ਦਰ 'ਤੇ ਬਹਾਈ, ਦਰਬਾਰ 'ਚ ਨਿਗਾਹ ਮਾਰੀ, ਤਖ਼ਤ ਬਹਾਣ ਵਾਲਾ ਕੋਈ ਹੋਰ ਨਜ਼ਰ ਆਇਆ। ਇੱਕ ਬੰਦੇ ਕੋਲ ਪੁੱਛਿਓ, ਮੈਂ ਤਾਂ ਨਬੀਆਂ ਦੇ ਸਰਦਾਰ ਨਬੀ ਮੁਹੰਮਦ ਨੂੰ ਮਿਲਣਾ ਹੀ। ਉਸ ਆਖਿਆ ਤੂੰ ਬੜੀ ਦੇਰ ਨਾਲ ਆਇਓ, ਤਾਂ ਦੁਨੀਆਂ ਤੋਂ ਤੁਰ ਗਏ। ਅਬੂ ਸ਼ਮਸ਼ਾਮ ਆਦੇ ਤੇ ਵੱਜਾ ਨਸ਼ੀਨ ਕੌਣ, ਉਸ ਆਖੀ ਉਹ ਤੇ ਇਹ ਜਿਹੜਾ ਉਹ ਸਾਹਮਣੇ ਬੈਠਾ ਹੈ। ਆਪਣੇ ਆਪ ਨੂੰ ਅੱਧਾ ਲੱਗਦਾ ਤਾਂ ਨਹੀਂ, ਪਰ ਵਹਿੰਦਾ ਤਾਂ ਹਾਂ, ਰਸੂਲ ਦਾ ਹੁਕਮ ਜੂਏ, ਪਰੇਸ਼ਾਨ ਹੋ ਗਏ ਹੋ ਭਾਈ ਜਾਨ। ਇੰਨੀਆਂ ਬੰਦੀਆਂ ਨੂੰ ਕਰਾਸ ਕਰੇ ਹੁੰਦਾ ਹੋਇਆ ਅਬੂ ਸ਼ਮਸ਼ਾਮ ਉਸ ਤਖ਼ਤ ਬਹਾਣ ਵਾਲੇ ਤੋਂ ਕੋਲ ਆਇਆ, ਸਾਹਮਣੇ ਰਸੂਲ ਦੀ ਲਿਖੀ ਹੋਈ ਤਹਰੀਰ ਰੱਖੀ, ਉਸ ਤਹਰੀਰ ਪੜ੍ਹੀ, ਉਹਨੂੰ ਪਸੀਨਾ ਲਾਏ ਪਈਆ। ਉਹ ਆਦਾ ਇਹ ਤਾਂ ਮੰਨਦਾ ਜੋ ਲਿਖੀ ਹੋਈ ਰਸੂਲ ਦੀ ਹੈ, ਕਿਉਂ ਜੋ ਨਬੂਵਤ ਦੀ ਮੁਹਰ ਲੱਗੀ ਹੋਈ ਹੈ, ਅਤੇ ਦੂਜੀ ਇਹ ਗੱਲ ਹੈ ਬਈ 100 ਉੱਠ ਅਤੇ 2 ਕੁਹਾਂਡਾਂ ਅਤੇ ਹੀਰੇ ਜਵਾਹਰਾਤ ਨਾਲ ਲੜੇ ਹੋਇਆ। ਪਹਿਲੀ ਤਾਂ ਗੱਲ ਇਹ ਬਈ ਅਰਬ ਦੀ ਧਰਤੀ 'ਤੇ 2 ਕੁਹਾਂਡਾਂ ਉੱਠੇ ਕੋਈ ਨਾ। ਦੂਜੀ ਗੱਲ ਹੈ ਬੈਤੁਲ ਮਾਲ 'ਚ ਇਤਨਾ ਖਜ਼ਾਨਾ ਨਹੀਂ, ਹੇਕ ਲੜੀ ਵੰਨੇ ਤੂੰ 100 ਲਿਖਾਈ ਵਧਾਏ, ਇਹ ਜਿਹੜਾ ਅਗਲਾ ਜ਼ੁਲਮ ਕਰਾਈ ਵਧਾਏ ਤੇ ਜੰਨਤ ਦੀ ਰਸੀਦ ਤੈਨੂੰ ਕਹੇ ਆ ਕੇ ਅਸਾਂ ਰਸੀਦਾਂ ਦੇਣੇ ਆਏ। ਮੈਂ ਤਾਂ ਤੇਜ਼ ਤੇਜ਼ ਪੜ੍ਹਦਾ ਖਲਾਂ, ਮੇਰੇ ਬਾਅਦ ਮੌਲਾ ਹੁਸੈਨ ਬਾਦਸ਼ਾਹ ਦੇ ਜ਼ਾਕਰ ਕਾਫੀ ਬੈਠੇ। ਬਿਸਮਿਲਾ ਕਰਾਂ, ਮੈਂ ਬਿਸਮਿਲਾ ਕਰਾਂ। ਉਹ ਮੈਨੂੰ ਤਾਂ ਆਪਣਾ ਹੀ ਪਤਾ ਨਹੀਂ, ਸਾਨੂੰ ਮਿਲਣੀ ਹੈ ਜਾਂ ਕੋਈ ਨਾ। ਇਹਦਾ ਤਕਰਾਰ ਸ਼ੁਰੂ ਆਈ ਆ ਮਸਜਿਦ ਨਬੀ ਦੇ ਦਰ ਤੋਂ ਸਲਮਾਨ ਦਾ ਗੁਜ਼ਰ ਹੋਇਆ। ਅਕਲ ਮਾਰ ਕਹਿਦਾ ਅਬੂ ਸ਼ਮਸ਼ਾਮ ਇਹਦੇ ਨਾਲ ਤਕਰਾਰ ਨਾ ਕਰ, ਅਸਲੀ ਜਾਂ ਨਸ਼ੀ ਦੇ ਦਰਵਾਜ਼ੇ ਤੇ ਮੈਂ ਘਿਨ ਵੰਨਿਆ ਭਾਈ ਜਾਨ। ਭਾਈ ਜਾਨ ਦੋਵੇਂ ਹਸਤੀਆਂ ਟੁਰਦੀਆਂ ਹੋਈਆਂ ਉਸ ਦਰਵਾਜ਼ੇ ਤੇ ਆ ਕੇ ਰੁਕ ਗਈਆਂ ਜਿੱਥੇ ਨਬੀ ਰੁਕ ਪੈਂਦਾ। ਭਾਈ ਜਾਨ ਅੱਜ ਦਸਤਕ ਨਹੀਂ ਦਿੱਤੀ, ਅੰਦਰੂ ਅਲੀ ਇਮਾਮ ਦਾ ਆਵਾਜ਼ ਆਏ, ਸਲਮਾਨ ਅਬੂ ਸ਼ਮਸ਼ਾਮ ਇੱਥਾਂ ਹੀ ਰੁਕ ਵੰਨੋ, ਮੈਂ ਅਲੀ ਆਂਦਾ ਪਈ ਹਾਂ। ਅਬੂ ਸ਼ਮਸ਼ਾਮ ਆਪਣੇ ਆਪ ਨੂੰ ਆਦਾ ਇਹ ਜਾਨ ਅਸੀਂ ਨੇ ਜੈ ਮੈਨੂੰ ਡਿੱਠੇ ਨਹੀਂ, ਮੇਰੇ ਨਾਂ ਤੋਂ ਵਾਕਿਫੇ। ਮੇਰੇ ਮੌਲਾ ਮੀਰੇ ਕਾਇਨਾਤ ਦਾ ਕਦਮ ਬਾਹਰ ਆਇਆ, ਅਬੂ ਸ਼ਮਸ਼ਾਮ ਕਦਮ ਬਹੁਤ ਸੋਏ, ਮੌਲਾ ਮੁਸਕਰਾ ਕੇ ਫਰਮਾਇਆ ਪਰੇਸ਼ਾਨ ਨਾ ਹੋ, ਆਖੇ ਤਾਂ ਇਨਾਮ ਹੋਣੇ ਦੇਵਾਂ। ਹੱਥ ਬਣ ਗਿਆ ਤਾਂ ਮੌਲਾ ਹੁਣ ਮੈਨੂੰ ਯਕੀਨ ਤਾਂ ਹੋ ਗਿਆ ਹੈ, ਹੁਣ ਤੁਹਾਡੀ ਮਰਜ਼ੀ ਦੀ ਗੱਲ, ਭਾਵੇਂ ਦਮੀ 'ਚ ਦੀ ਵਿਆਹ ਹੈ, ਭਾਵੇਂ ਪਰਸੋਂ ਦੀ ਵਿਆਹ ਹੈ, ਭਾਵੇਂ 10 ਦਿਨ ਠਹਿਰ ਕੇ ਦੀ ਵਿਆਹ 'ਚ ਆ। ਮੇਰੇ ਮੌਲਾ ਫਰਮਾਇਆ ਮੇਰਾ ਦਿਲ ਤਾਂ ਇਹ ਬਈ ਥੱਕੋ ਆਇਆ ਹੈ, ਅੱਜ ਰਾਤ ਕਯਾਮ ਕਰ, ਕੱਲ ਨਮਾਜ਼ ਜ਼ੁਹਰ ਤੋਂ ਬਾਅਦ ਮੈਂ ਅਲੀ ਵਾਅਦਾ ਪਿਆ ਕਰੇ ਤਾਂ ਇਸ ਰਸੂਲ ਦੀ ਲਿਖੀ ਹੋਈ ਤਹਰੀਰ ਮੁਤਾਬਿਕ ਮੈਂ ਅਲੀ ਤੈਨੂੰ ਇਨਾਮ ਦੇ ਸਾਂ।
ਅੱਲਾ ਜਾਣਦਾ ਸਲਮਾਨ ਦੇ ਪਾਸੇ ਆਮਿਰ ਸ਼ਾਹ ਜੀ ਮੇਰੇ ਮੌਲਾ ਦੇਖ ਕੇ ਫਰਮਾਇਆ ਸਲਮਾਨ ਮਦੀਨੇ ਦੇ ਹਰ ਦਰਵਾਜ਼ੇ ਤੇ ਵਨ ਹਰ ਬੰਦੇ ਨੂੰ ਮੇਰਾ ਪੈਗਾਮ ਦੇ ਕੱਲ ਨਮਾਜ਼ ਜ਼ੁਹਰ ਤੋਂ ਬਾਅਦ ਪਹਾੜੀ ਦੇ ਦਾਮਨ ਵਿੱਚ ਇਕੱਠੇ ਹੋਵਨ ਜੇ ਕਦਾ ਹੀ ਨਾ ਡਿੱਠੀ ਹੋਵੇ ਅਲੀ ਦੀ ਸਖਾਵਤ ਸ਼ਾਬਾਸ਼ ਭਾਈ ਸ਼ਾਬਾਸ਼ ਸਲਾਮਤ ਰਹੋ ਭਾਈ ਸਲਾਮਤ ਰਹੋ ਸਲਮਾਨ ਨੇ ਹਰ ਬੰਦੇ ਨੂੰ ਪੈਗਾਮ ਦਿੱਤਾ 38 ਵਾਲਿਓ ਮੇਰੇ ਵਤਨ ਵਾਲਿਓ ਸਾਰੀ ਰਾਤ ਮਦੀਨੇ ਵਾਲਿਆਂ ਦੀ ਔਖੀ ਗੁਜ਼ਰੀ ਤੇ ਇੱਕ ਮੈਂ ਨਾਲ ਹੀ ਇਹ ਗੱਲਾਂ ਕਰਦੇ ਰਹੇ ਬਈ 100 ਉੱਠੇ ਤੇ 2 ਕੁਹਾਂਡਾ ਤੇ ਅਰਬ ਦੀ ਧਰਤੀ ਤੇ ਹੈ ਕੋਈ ਨਾ ਕੁਮਾਰ ਸ਼ਾਹ ਜੀ ਅਦਿਨ ਅਲੀ ਦਾ ਤਾਂ ਆਪਣਾ ਹੀ ਕੋਈ ਨਹੀਂ ਤੇ 100 ਉੱਠ ਕਿਵੇਂ ਦੇ ਅਸੀਂ ਰਾਤ ਗੁਜ਼ਰੀ ਨੇ ਹੋਇਆ ਅਜ਼ਰ ਭਾਈ ਨਮਾਜ਼ ਜ਼ੁਹਰ ਤੋਂ ਵਕਤ ਦੇ ਬਾਅਦ ਲੋਕ ਪਹਾੜੀ ਦੇ ਦਾਮਨ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਬਾਬਾ ਜੀ ਦੇ ਬਤੂਲ ਦੇ ਦਰਵਾਜ਼ੇ ਤੋਂ 4 ਹਸਤੀਆਂ ਟੁਰ ਪਈਆਂ ਜਨਾਬ ਸਲਮਾਨ ਅਬੂ ਸਮਸਾਮ ਮੇਰੇ ਮੌਲਾ ਅਮੀਰ ਕਾਇਨਾਤ ਤੇ ਉਹਦਾ ਵੱਡਾ ਪੁੱਤਰ ਅਮੀਰ ਹਸਨ ਜਦੋਂ ਪਹਾੜੀ ਦੇ ਦਾਮਨ ਵਿੱਚ ਪਹੁੰਚੇ ਤੇ ਮੇਰੇ ਮੌਲਾ ਮੁਸਕਰਾ ਕੇ ਫਰਮਾਇਆ ਅਬੂ ਸਮਸਾਮ ਹੁਣ ਇਨਾਮ ਮੈਂ ਦੇਵਾਂ ਜਾਂ ਮੇਰਾ ਬੇਟਾ ਹਸਨ ਦੇਵੇ ਹੱਥ ਮਾਨ ਕਹਿੰਦੇ ਮੌਲਾ ਮੈਨੂੰ ਤਾਂ ਇਨਾਮ ਚਾਹੀਦਾ ਹੈ ਭਾਵੇਂ ਤੂੰ ਸੱਚ ਦਿਓ ਭਾਵੇਂ ਤੁਹਾਡਾ ਬੇਟਾ ਚ ਦੇਵੇ ਮੇਰੇ ਮੌਲਾ ਮੀਰ ਕਾਇਨਾਤ ਨੇ 2 ਰਕਾਤ ਨਮਾਜ਼ ਪੜ੍ਹੀ ਨਮਾਜ਼ ਪੜ੍ਹਨ ਤੋਂ ਬਾਅਦ ਮੇਰੇ ਮੌਲਾ ਫਰਮਾਇਆ ਹਸਨ ਬੇਟਾ ਅਬੂ ਸਮਸਾਮ ਨੂੰ ਪਹਾੜੀ ਦੇ ਦਾਮਨ ਚ ਲਈ ਵਨ ਉੱਥੇ ਫਲਾਂ ਰੰਗ ਦਾ ਇੱਕ ਪੱਥਰ ਹੈ ਉਹਨੂੰ ਮੇਰਾ ਸਲਾਮ ਦੇਵੇ ਉਹ ਪੱਥਰ ਹਟ ਵੈਸੀ ਵਿੱਚ ਰੱਸੀ ਜ਼ਹਿਰੋ ਸੀ ਰੱਸੀ ਜਾ ਕੇ ਅਬੂ ਸਮਸਾਮ ਦੇ ਹੱਥਾਂ ਤੇ ਰੱਖੇ ਜਾ ਅੱਗੂ ਇਹਦੀ ਮਰਜ਼ੀ ਦੀ ਗੱਲ ਹੈ ਮਦੀਨੇ ਆਵੇ ਇਹਦੀ ਮਰਜ਼ੀ ਦੀ ਗੱਲ ਹੈ ਆਪਣੇ ਵਤਨ ਯਮਨ ਟੁਰ ਵੰਨੇ ਮੇਰੇ ਮੌਲਾ ਹਸਨ ਮੇਰੇ ਮੌਲਾ ਹਸਨ ਬਾਦਸ਼ਾਹ ਅਬੂ ਸਮਸਾਮ ਨੂੰ ਨਾਲ ਲੈ ਕੇ ਕੁਮਾਰ ਸ਼ਾਹ ਜੀ ਪਹਾੜੀ ਦੇ ਦਾਮਾ ਨੇ ਚਾਹੇ ਜਦੋਂ ਉਸ ਪੱਥਰ ਦੇ ਕੋਲ ਆਏ ਬਾਬੇ ਦਾ ਸਲਾਮ ਦਿੱਤਾ ਪੱਥਰ ਹਟ ਗਿਆ ਵਿੱਚ ਰੱਸੀ ਜ਼ਹਿਰ ਹੋਈ ਰੱਸੀ ਜਾ ਕੇ ਅਬੂ ਸਮਸਾਮ ਦੇ ਹੱਥਾਂ ਤੇ ਰੱਖੀ ਮੇਰੇ ਮੌਲਾ ਫਰਮਾਇਆ ਅਬੂ ਸਮਸਾਮ ਇਹ ਆਮ ਰੱਸੀ ਨਹੀਂ ਇਹ ਊਠਾਂ ਦੀ ਮਾਰ ਹੈ ਦੁਨੀਆਂ ਸਾਰੀਆਂ ਗੱਲਾਂ ਤੈਨੂੰ ਮੇਰੇ ਬਾਬੇ ਕੀਤੀਆਂ ਨੇ ਇੱਕ ਗੱਲ ਮੇਰੀ ਯਾਦ ਰੱਖੇ ਹੱਥ ਮੰਨ ਕੇ ਦਾ ਮੌਲਾ ਤੁਹਾਡੀ ਕਿਹੜੀ ਗੱਲ ਮੇਰੇ ਮੌਲਾ ਫਰਮਾਇਆ ਇਹ ਮਹਾਰ ਤੈਨੂੰ ਮਿਲ ਗਈ ਹੈ ਹੁਣ ਤੂੰ ਭਾਵੇਂ 1 ਦਿਨ ਟੁਰੇ ਭਾਵੇਂ 2 ਦਿਨ ਟੁਰੇ ਭਾਵੇਂ 10 ਦਿਨ ਟੁਰੇ ਭਾਵੇਂ 6 ਮਹੀਨੇ ਟੁਰੇ ਭਾਵੇਂ ਸਾਰੀ ਜ਼ਿੰਦਗੀ ਟੁਰੇ ਗੱਲ ਮੇਰੀ ਯਾਦ ਰੱਖੇ ਪਿੱਛਾ ਬਾਹਾਂ ਤੇ ਨਾ ਵੇਖੇ ਥੱਕੇ ਬੈਠੇ ਉਸ ਜ਼ਮਾਨੇ ਕੋਈ ਨਾ ਅਦਾ ਮੌਲਾ ਨਾ ਵੇਖਸਾਂ ਅੱਲਾ ਜਾਣਦਾ ਰੱਸੀ ਛਿੱਕ ਕੇ ਟੁਰਿਆ ਪਹਿਲਾਂ ਉੱਠ ਬਾਹਰ ਆਇਆ ਪਿੱਛਾ ਤਾਂ ਵੇਖਣਾ ਕੋਈ ਨਾ ਉਹਨੂੰ ਪਤਾ ਲੱਗ ਗਿਆ ਬਈ ਉੱਠ ਬਾਹਰ ਆ ਗਿਆ ਉੱਠ ਦੇ ਗੱਲ ਟੱਲੀ ਆਈ ਉਹ ਜੋ ਖੜਕੀ ਤੇ ਉਸ ਪਹਿਲਾਂ ਉੱਠ ਗਿਣਿਆ ਵਤ ਦੂਜੀ ਟੱਲੀ ਖੜਕੀ ਬਾਈ ਜਾਨ ਉਸ ਦੂਆ ਗਿਣਿਆ ਵਤ ਤ੍ਰੀਆ ਗਿਣਿਆ ਵਤ ਚੌਥਾ ਗਿਣਿਆ ਵਤ ਪੰਜਵਾਂ ਗਿਣਿਆ ਕਾਫੀ ਸਫ਼ਰ ਕਰ ਗਿਆ ਅਬੂ ਸਮਸਾਮ 170 ਉੱਠ ਗਿਣੇ ਉਸ ਵੇਲੇ ਆਪਣੇ ਆਪ ਨੂੰ ਆਦਾ ਪਿੱਛਾ ਵੇਖਣ ਤਾਂ ਸਹੀ ਸਿਰਫ ਟੱਲੀਆਂ ਵਧੀਆਂ ਖੜਕਦੀਆਂ ਨਹੀਂ ਉਹ ਉੱਠ ਹੀ ਆਉਂਦੇ ਪਏ ਉਸ ਵੇਲੇ ਮੇਰੇ ਮੌਲਾ ਹਸਨ ਬਾਦਸ਼ਾਹ ਫਰਮਾਇਆ ਅਬੂ ਸਮਸਾਮ ਭੁੱਲ ਗਈਆਂ ਹੈ ਮੈਨੂੰ ਤੈਨੂੰ ਆਖੇ ਪਿੱਛਾ ਨਾ ਵੇਖੇ ਮੈਂ ਤਾਂ ਦੱਸ ਦੇ 6 ਮਹੀਨੇ ਤੇਰੀ ਜ਼ਿੰਦਗੀ ਦੀ ਗੱਲ ਕੀਤੀ ਆਈ ਅਬੂ ਸਮਸਾਮ ਅਗਰ ਤੂੰ ਸਾਰੀ ਜ਼ਿੰਦਗੀ ਟੁਰਦਾ ਰਹਿ ਵੈਂਦੋ ਪਿੱਛਾ ਬਾਹਾਂ ਤੇ ਨਾ ਵੇਦੋ ਤਾਂ ਮੇਰੇ ਬਾਬੇ ਅਲੀ ਦੀ ਸਖਾਵਤ ਜਾਰੀ ਰਹਿਆ ਮੌਲਾ ਹੁਸੈਨ ਤੁਹਾਨੂੰ ਸਲਾਮਤ ਰੱਖੇ ਸਖੀ ਬਾਦਸ਼ਾਹ ਤੁਹਾਨੂੰ ਲੰਘ ਲਾਵੇ ਬਸ ਮੈਂ ਇਹ ਇਤਨਾ ਜਿਤਨਾ ਪੜ੍ਹਿਆ ਇਸ ਤੋਂ ਥੋੜ੍ਹਾ ਹੋਰ ਪੜ੍ਹਨਾ ਹੈ ਭਾਈਆਂ ਦਾ ਜੀ ਬਿਸਮਿਲ੍ਲਾ ਭਾਈਆਂ ਦਾ ਹੁਕਮ ਹੈ ਬਈ ਇੱਕ ਨਾਤ ਮੈਂ ਪੜ੍ਹਦਾ ਵਧਾਂ ਉਹ ਆ ਦਿਨ ਬਈ ਨਾ ਸੁਣਾ ਆਖੋ ਤਾਂ ਮੈਂ ਸੁਣਾਵਾਂ ਨਾਤ ਪਰ ਜਾਣ ਤਾਂ ਨਾ ਬਈ ਸੋ ਸਾਡੇ ਅਹਿਲ ਸੁਨਨਤ ਭਾਈ ਕੁਮਾਰ ਸ਼ਾਹ ਜੀ ਪੜ੍ਹਦੇ ਹਾਂ ਮੈਂ ਲਾਜਪਾਲਾਂ ਦੇ ਲੜ ਲੱਗਿਆ ਮੇਰੇ ਤੋਂ ਗਮ ਪਰੇ ਰਹਿੰਦੇ ਇਹ ਬਾਬਾ ਜੀ ਹੁਣ ਨਾ ਪੜ੍ਹੀਏ
ਤੇ ਜਿਹੜੀ ਮੈਂ ਪੜ੍ਹੀ ਉਹ ਮੈਂ ਜਨਾਬ ਨੂੰ ਸੁਣਾਵਾਂ। ਹੇ ਇਜਾਜ਼ਤ ਗਮੇ ਸ਼ਬੀ ਜਿਹੜੇ ਹੱਥ ਬੱਧੀ ਬੈਠੇ ਉਹਨਾਂ ਕਾ ਦਾਤ ਦੇਵਣੀ ਹੈ। ਸ਼ਬੀਰ ਉਹ ਦਿਲ ਵਿੱਚ ਹੈ ਮੇਰੇ ਤੂੰ ਗਮ ਪਰ ਰਹਿੰਦੇ ਗੱਲ ਸਲਾਮਤ ਰਹੋ ਸਲਾਮਤ ਰਹੋ। ਗਮੇ ਸ਼ਬੀਰ ਉਹ ਦਿਲ ਵਿੱਚ ਹੈ ਮੇਰੇ ਤੂੰ ਗਮ ਪਰੇ ਰਹਿੰਦੇ ਅਲਮ ਗਾਜ਼ੀ ਦਾ ਘਰ ਤੇ ਹੈ ਦੁਸ਼ਮਣ ਸੜੇ ਰਹਿੰਦੇ ਹੱਥ ਆ ਕੇ ਬਾਈ ਸਾਰੇ ਸਾਰੇ ਹੱਥ ਆ ਕੇ ਸਲਾਮਤ ਰਾਮ ਸਲਾਮਤ ਰਾਮ ਬਾਈ ਭਾਈ ਜਾਨ ਸਹਿਦੋਮਤੀਓ ਪੜ੍ਹਦੇ ਉਹ ਹੀ ਨਾਤੇ ਸਾਰੇ ਵਿਰਾਜ ਹੋਏ ਪੜ੍ਹਦੇ ਅਸਾਂ ਹੀ ਨਾਤ ਆ ਲੇਕਿਨ ਅਕੀਦਾ ਆਪਣਾ ਵੱਖਰਾ ਵੱਖਰਾ ਉਹ ਆਪਣੇ ਅਕੀਦੇ ਨਾਲ ਪੜ੍ਹਦੇ ਨੇ ਅਸਾਂ ਆਪਣੇ ਅਕੀਦੇ ਨਾਲ ਪੜ੍ਹਦੇ ਹਾਂ ਸਰ ਚਾਹ ਮੈਂ ਆਪਣੇ ਅਕੀਦੇ ਨਾਲ ਸ਼ੇਰ ਸੁਣਾਵਾਂ ਨਬੀ ਦੀਨ ਬਣਦਾ ਹਦੀਸੇ ਹੈਦਰ ਨਹੀਂ ਉਹ ਜੀਂਦੇ ਮਰੇ ਰਹਿੰਦੇ ਹੈਦਰੀ ਸਲਾਮਤ ਰਹੋ ਸਲਾਮਤ ਰਹੋ ਜ਼ਿੰਦਗੀ ਦਰਾਜ਼ ਹੋਣ ਸੱਚੇ ਬਾਦਸ਼ਾਹ ਤੋਂ ਬਿਸਮਿਲ੍ਲਾ ਕਰ ਜਵਾਨੀ ਨਸੀਬ ਹੋਣਾ ਜੀ ਬਿਸਮਿਲ੍ਲਾ ਕਰ ਜਿਹਦੇ ਦਿਲ ਵਿੱਚ ਹੈਦਰ ਨਹੀਂ ਉਹ ਜੀਂਦੇ ਹੀ ਮਰੇ ਰਹਿੰਦੇ ਸਲਾਮਤ ਰਹੋ। ਅੱਜ ਦਾ ਮੁਸਲਮਾਨ ਅੱਲਾਹ ਨੂੰ ਮੰਨਦਾ ਹੈ ਉਸਦੇ ਮਹਬੂਬ ਮੁਹੰਮਦ ਨੂੰ ਮੰਨਦਾ ਹੈ ਲੇਕਿਨ ਇੱਥਾਂ ਹੀ ਰੁਕ ਪੈਂਦਾ ਹੈ ਨਾ ਮੁਹੰਮਦ ਦੀ ਧੀ ਨੂੰ ਮੰਨਦਾ ਨਾ ਮੁਹੰਮਦ ਦੀ ਧੀ ਦੇ ਪੁੱਤਰਾਂ ਨੂੰ ਮੰਨਦਾ ਸਰ ਚਾਂ ਆ ਮੈਂ ਤੈਨੂੰ ਦੱਸਾਵਾਂ ਮੁਹੰਮਦ ਦੀ ਧੀ ਕਿਤਨੀ ਅਜ਼ਮਤ ਦੀ ਮਾਲਕ ਮੇਰੀ ਸੈਣ ਦਾ ਮਕਾਮ ਕਿਤਨਾ ਹੈ ਸਰ ਭਾਈ ਸਰ ਚਾਵਣਾ ਸਰ ਚਾਵਣਾ ਤੇ ਮੇਰੇ ਪਾਸੇ ਵੇਖਣਾ ਹੈ ਤੂੰ ਜਸ ਜ਼ਹਾਰ ਦੁਸ਼ਮਣ ਸੁਣ ਮੈਂ ਤੂੰ ਜਿਹਦੇ ਦਰ ਤੇ ਇਜਾਜ਼ਤ ਲਈ ਮੁਹੰਮਦ ਵੀ ਖੜੇ ਰਹਿੰਦੇ ਸਲਾਮਤ ਰਹੋ ਸਲਾਮਤ ਰਹੋ ਬਈ ਜ਼ਿੰਦਗੀ ਦਰਾਜ਼ ਹੋ ਸੱਚੀ ਬਾਦਸ਼ਾਹ ਤੁਹਾਨੂੰ ਮੌਲਾ ਹੁਸੈਨ ਤੁਹਾਨੂੰ ਸਲਾਮਤ ਰੱਖੇ। ਅੱਜ ਦਾ ਮੁਸਲਮਾਨ ਇੱਕ ਰੀਤ ਚੱਲ ਗਈ ਹੈ ਕਿਸੇ ਸ਼ਹਿਰ ਜਾਓ ਪਿੰਡ ਜਾਂ ਪੂਰੇ ਪਾਕਿਸਤਾਨ 'ਚ ਮਲੰਗੀ ਇੱਕ ਆਮ ਘੋੜਾ ਇੱਕ ਗਲੀ 'ਚ ਗੁਜ਼ਰਦਾ ਰਹੇ ਨਾ
ਮੁਸਲਮਾਨ ਉਹਨੂੰ ਨਾ ਰੁਕੇ ਸੀ ਤੇ ਜਦੋਂ ਮੁਰਤ ਜੇ ਜ਼ੁਲਜਨਾ ਦੀ ਛਵੀ ਬਣ ਕੇ ਅਸੀਂ ਵੱਤ ਰੋਕ ਲਈ ਸੀ ਇਵੇਂ ਗੱਲ ਇਸ ਦੀ ਵਜ੍ਹਾ ਕਿਆ ਹੈ ਬੈਠ ਅੱਤੀ ਵਾਲਿਓ ਸਾਰ ਚਾਵਣੇ ਤੇ ਮੇਰੇ ਪਾਸ ਵਜ੍ਹਾ ਮੈਂ ਦੱਸੇ ਆਏ ਰਾਜ ਖੋਲ ਦੇਵ ਤਾਰੀਖ ਕਰਬਲਾ ਪੜ੍ਹ ਕੇ ਵੇਖੋ ਤਾਂ ਅਕਬਰ ਦੇ ਬਾਬੇ ਮੈਦਾਨ ਕਰਬਲਾ 'ਚ ਕਾਫੀ ਮਲਾਉਣ ਮਾਰੇ ਲੇਕਿਨ ਅਜ਼ਮਤ ਹੁਸੈਨ ਦੀ ਕਸਮ ਹੈ ਇਸ ਮੁਰਤ ਜਿਸ ਬੁੰਬ ਬੰਦੇ ਮਾਰੇ ਨੇ ਇਹ ਤਾਂ ਵਜ੍ਹਾ ਹੈ ਤੇ ਇਹ ਵਜ੍ਹਾ ਕਰਕੇ ਰੁਕੇਂਦੇ ਨੇ ਜਿਹੜੇ ਕਰਬਲਾ ਦੁਨੀਆਂ ਤੇ ਸ਼ਬੀ ਤੋਂ ਵੀ ਡਰੇ ਰਹੇ ਮੇਰੀ ਜ਼ਿੰਦਗੀ ਅਲੀ ਹੈ ਮੇਰੀ ਬੰਦਗੀ ਅਲੀ ਹੈ 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 ਹੱਥ ਚਾ ਕੇ ਭਾਈ ਹੈਦਰੀ ਜ਼ਿੰਦਗੀ ਉਹ ਵੀ ਜਵਾਨੀ ਨਾ ਸਹੀ ਮੇਰੀ ਬੰਦਗੀ ਅਲੀ ਹੈ ਮੇਰੀ ਜ਼ਿੰਦਗੀ ਅਲੀ ਹੈ ਮੇਰੀ ਬੰਦਗੀ ਅਲੀ ਹੈ ਚੰਨ ਤਾਰੇ ਵਿੱਚ ਕਿਤੇ ਰੋਸ਼ਨੀ ਅਲੀ ਹੈ ਕਿਉਂ ਮਸੱਲੇ ਤੇ ਲਾਵਾਂ ਤੇਰਾ ਨਾਮ ਯਾ ਅਲੀ ਤੈਨੂੰ ਕਰਦਾ ਹੇ ਕਾਬਾ ਵੀ ਸਲਾਮ ਯਾ ਅਲੀ ਸਲਾਮਤ ਰਹੋ ਬਈ ਜ਼ਿੰਦਗੀਆਂ ਦਰਾਜ਼ ਹੋਵੇ ਪੂਰੀ ਕਾਇਨਾਤ ਮੇਰੇ ਮੌਲਾ ਮੀਰ ਕਾਇਨਾਤ ਦੀ ਨਾ ਲੈਣ ਦੇ ਤੱਲੇ ਹਰ ਬੰਦਾ ਨੁਸਰਤ ਭਾਈ ਜਾਨ ਮਦਾ ਹੁਸੈਨ ਨੁਸਰਤ ਭਾਈ ਹਰ ਬੰਦਾ ਨੌਕਰੇ ਹਸਨ ਐਨ ਦੇ ਬਾਬੇ ਦਾ ਮਗਰ ਭਾਈਓ ਹੈ ਉਹ ਜਿਹੜਾ ਵਿਲਾਇ ਅਲੀ ਦਿਲ ਚ ਰੱਖਦਾ ਹੈ ਸਾਰੇ ਨੌਕਰਾਂ ਦੀ ਗੱਲ ਨਹੀਂ ਸਰ ਚਾਂ ਪਿਆਰੇ ਜੇ ਨੌਕਰ ਦੀ ਗੱਲ ਸੁਣਾਵਾਂ ਕਰਦਾ ਬੇਸ਼ੁਮਾਰ ਸਾਰੇ ਮੌਜੀਆਂ ਨੂੰ ਆਖੇ ਤੇਰਾ ਵੀ ਸਮਝੀ ਮਾਰ ਸਲਾਮਤ ਰਹੋ ਸਲਾਮਤ ਰਹੋ ਮੈਂ ਕਿਵੇਂ ਬਈ ਸਲਾਮਤ ਰਹੋ ਭਾਈ ਜ਼ਿੰਦਗੀ ਦਰਾਜ਼ ਹੋਵੇ ਇਤਨਾ ਕਰਦੀ ਅਜ਼ਮਤ ਆਈ ਸਰ ਚਾਓ ਹਸਨੈਨ ਦੇ ਬਾਬੇ ਦਾ ਤਾਰੁਫ ਕਰਾਮ ਪੂਰੀ ਕਾਇਨਾਤ ਚ ਅਮੀਰ ਕਾਇਨਾਤ ਦਾ ਮਕਾਮ ਕਿਤਨਾ ਹੈ ਨਬੀਆਂ ਦੇ ਸਰਦਾਰ ਨਬੀ ਨੇ ਮੇਰੇ ਮੌਲਾ ਦੇ ਬਾਰੇ ਗੱਲ ਕਿਹੜੀ ਕੀਤੀ ਏ ਤੂੰ ਬੋਲਦਾ ਇਮਾਮ ਤੂੰ ਹੈ ਬੋਲਦਾ ਕੁਰਾਨ ਤੇਰੇ ਵਾਸਤੇ ਸੱਚੇ ਰਸੂਲ ਦਾ ਬਿਆਨ ਸ਼ਾਬਾਸ਼ 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 ਕਿਵੇਂ ਬਾਈ ਤੂੰ ਬੋਲਦਾ ਇਮਾਮ ਤੂੰ ਹੈ ਬੋਲਦਾ ਕੁਰਾਨ ਤੇਰੇ ਵਾਸਤੇ ਹਦੀਸ ਸੱਚੇ ਸਾਹਬੀ ਨਾ ਹੁੰਦਾ ਇਸਲਾਮ ਯਾ ਅਲੀ
ਮੈਥੇ ਕੋਈ ਮਕਤੂਲ ਨਾਰਾਜ਼ ਨਹੀਂ ਵੇ ਤੁਹਾਨੂੰ ਮੈਂ ਦਫਨਾ ਨਹੀਂ ਸਕਦਾ ਉਹ ਮੇਰੇ ਹੱਥ ਰੁੱਝ ਗਏ ਵਿੱਚ ਕਣੀਆਂ ਦੇ ਤੁਹਾਡੀਆਂ ਲਾਸ਼ਾਂ ਜਾ ਨਹੀਂ ਵਾਹ ਬਾਈ ਵਾਹ ਵਾਹ ਬਾਈ ਵਾਹ ਬਿਸਮਿਲਾ ਕਰ ਸਲਾਮਤ ਰਾਮ ਬਈ ਸ਼ਹਿਨ ਲਾਜ਼ੀ ਉਹਨੇ ਹੁਸੈਨ ਦੀ ਮਹਾਰਾਜ ਜੀ ਨੇ ਬਿਸਮਿਲਾ ਕਰ ਜੀ ਨੌਕਰ ਬਾਬਾ ਨੌਕਰਾਂ ਨੌਕਰਾਂ ਲੱਖ ਫੇਰੀ ਪੜਾ ਜੀ ਬਿਸਮਿਲਾ ਕਰ ਜੀ ਬਿਸਮਿਲਾ ਕਰਾਂ ਜੀ ਲੱਖ ਫੇਰੀ ਪੜਾ ਬਾਬਾ ਸਾਇਨ ਰਾਜ਼ੀ ਹੋ ਮੈਂ ਤੇ ਕੋਈ ਮਕਦੂਲ ਨਾਰਾਜ਼ ਨਾ ਥੀਵੇ ਤੁਹਾਨੂੰ ਮੈਂ ਦਫਨਾ ਨਹੀਂ ਸਕਦਾ ਉਹ ਮੇਰੇ ਹੱਥ ਰੁੱਝ ਗਏ ਵਿੱਚ ਕਣੀਆਂ ਦੇ ਤੁਹਾਡੀਆਂ ਲਾਸ਼ਾਂ ਜਾ ਨਹੀਂ ਵਾਹ ਬਾਈ ਵਾਹ ਵਾਹ ਬਾਈ ਬਿਸਮਿਲਾ ਕਰ ਬਿਸਮਿਲਾ ਕਰ ਸਲਾਮਤ ਰਹੋ ਬਿਸਮਿਲਾ ਕਰ ਸੈਯਦਾ ਤੇ ਮੈਂ ਕੁਛ ਗਰੀਬਾਂ ਹੈ ਉਹ ਲੁੱਟ ਪਏ ਗਈ ਹੁਸੈਨ ਦੇ ਵਾਸਤੇ ਨਾਰਾਜ਼ ਨਹੀਂ ਜਿਸਮੇ ਮਾ ਜੀ 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 ਨੌਕਰ ਜੀ ਨੌਕਰ ਜੀ ਨੌਕਰ ਜੀ ਨੌਕਰ ਸੈਯਦਾ ਤੇ ਮੈਂ ਕੁਛ ਮਗਰੀਬਾਂ ਆ ਵੋ ਲੋਟ ਪੈ ਗਈ ਤੂੰ ਕੋ ਕਫਾਨ ਬਵਾ ਨਹੀਂ ਸਕਦਾ ਵਾ ਬੇਵਾਰ ਸਾਂ ਵਾਂਗੋ ਛੋੜੀ ਵੈਨ ਇਹੋ ਦਰਦ ਭੁਲਾ ਨਹੀਂ ਰਾਜ਼ੀ ਹੋ ਗਈ ਹੁਸੈਨ ਦੀ ਮਾਂ ਰਾਜ਼ੀ ਹੋ ਗਈ ਮਕਤਲ ਕਰਬਲਾ ਆਖਰੀ ਬਹਿਣ ਬਾਈ ਮਕਤਲ ਕਰਬਲਾ ਚਜ਼ਰ ਬਾਈ ਰੁਨ ਹਰ ਕੋਈ ਮੇਰੇ ਵਤਨ ਦੇ ਜ਼ਾਦਾਰੋਂ ਇੱਥੇ ਮਕਤਲ ਕਰਬਲਾ ਚ ਅੱਬਾਸ ਦਾ ਪੁੱਤਰ ਨਾ ਜਿੰਦਾ ਫਜ਼ਲ ਟੁੱਟ ਦੋ ਆ ਬਿਉ ਦਿਲਾ ਤੇ ਆ ਖੜਾ ਰੋ ਗਿਆ ਤਾਂ ਜਿੰਦਾ ਨਿਗਰਾਨ ਵੇ ਉਹਦੀ ਚਾਦਰ ਗਾਈ ਨਹੀਂ ਜਿੰਦੇ ਪਾਰੇ ਦੇ ਦਾਵੇਂ ਆ ਦੇ ਖੋਕੜੀਆਂ ਪਾ ਕੇ ਆਈ ਘੜੀਏ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਸੈਣ ਰਾਜ਼ੀ ਹੋਵੀ ਹੁਸੈਨ ਦੀ ਮਾਂ ਰਾਜ਼ੀ ਹੋਈ ਭਾਈ ਜਾਨ ਜਵਾਨੀ ਨਸੀਬ ਹੋਵੀ ਇਹੋ ਜਿਹਾ ਰੰਗ ਠੈਸ ਉਬਾਲੇ ਕਦਮ ਚੈਂਦ ਹੋਇਆ ਉੱਥਾਂ ਆਇਆ ਜਿੱਥਾਂ ਹੁਸੈਨ ਦੀ ਛੋਟੀ ਧੀ ਬਈ ਰੋਂਦੀ ਆ ਕੇ ਮਸੂਮਾ ਕੋਲ ਗਿਆ ਇੱਧਰੋ ਰੋਗ ਪੁੱਛਦਾ ਬੈਠਾ ਹੀ ਹੁਸੈਨ ਦੀ ਮਾਂ ਰਾਜ਼ੀ ਹੋਈ ਜੀ ਬਿਸਮਿਲਾ ਕਰ ਜੀ ਬਿਸਮਿਲਾ ਕਰ ਜੀ ਬਿਸਮਿਲਾ ਕਰ ਜੀ ਨਾ ਕਰੇ ਬਾਬਾ ਜਿਤਨੇ ਮੂਮਿਨ ਹੁਸੈਨ ਦੀ ਮਾਂ ਨੂੰ ਮਕਾਨ ਡਿਵਣ ਆਇਓ ਕਦੀ ਘਰ ਰੋਂਦੇ ਟੁਰ ਪਈ ਆ ਘਰ
ਜਿਹੜੀ ਦਿਮਾਗ ਰੋਂਦਾ ਟੁਰਿਆ ਕਰ ਲੋਕ ਪੁੱਛਣੀ ਕਿਉਂ ਅਧਰੋਂ ਨਾ ਰੋਕ ਆਖੇ ਉਸ ਗਰੀਬ ਨੂੰ ਅਧਰੋਂਦਾ ਜੰਗੀ ਲਾਸ਼ ਤੇ ਬਹਿਣਾ ਨਹੀਂ ਰੋਣੀਆਂ ਵਾਹ ਬਾਈ ਵਾਹ ਵਾਹ ਬਾਈ ਵਾਹ ਵਾਹ ਬਾਈ ਵਾਹ ਸ਼ੈਨ ਰਾਜ਼ੀ ਹੋ ਵੀ ਹੁਸੈਨ ਦੀ ਮਾਂ ਰਾਜ਼ੀ ਹੋ ਵੀ ਮੈਂ ਬਿਸਮਿਲਾ ਕਰ ਜੀ ਜੀ ਬਿਸਮਿਲਾ ਕਰ ਜੀ ਬਿਸਮਿਲਾ ਕਰ ਜੀ ਬਿਸਮਿਲਾ ਕਰ ਜੀ ਬਿਸ ਜੀ ਜੀ ਨਾ ਕਰਾਂ ਬਾਬਾ ਨਾ ਕਰਾਂ ਮਜਲਿਸ ਹੁਸੈਨ ਚ ਆਏ ਤਾਂ ਸਾਰੇ ਹੁਸੈਨ ਦੀ ਮਾਂ ਨੂੰ ਮੁਕਾਨ ਦੇਵਣ ਮਗਰ ਮਿੰਨਤ ਕਰੇਂਦਾ ਮਜਲਿਸ ਚ ਬਹਿ ਕੇ ਇਤਨੀ ਦੇਰ ਜ਼ਰੂਰ ਉਨਾ ਕਰ ਜਿਤਨੀ ਦੇਰ ਸ਼ਬੀਰ ਨੂੰ ਅਕਬਰ ਦੇ ਸੀਨੇ ਚ ਬਖਸ਼ੇ ਦਾ ਫਰਜ਼ ਕਹਿੰਦਿਆਂ ਲੱਗੀ ਵਾਹ ਬਾਈ ਵਾਹ ਵਾਹ ਬਾਈ ਵਾਹ ਵਾਹ ਬਾਈ ਵਾਹ ਵਾਹ ਚਲੋ ਇਤਨੀ ਦੇਰ ਨਹੀਂ ਰੋ ਸਕਦਾ ਹੱਥ ਬਣ ਕੇ ਮਿੰਨਤ ਕਰੇਂਦਾ ਇਤਨੀ ਦੇਰ ਜ਼ਰੂਰ ਰੋਵੇ ਜਿਤਨੀ ਦੇਰ ਸ਼ਬੀਰ ਨੂੰ ਉਸ ਵਾਰ ਦੇ ਗੱਲੇ ਚੋਂ ਤੀਰ ਛਕੇਂਦਿਆਂ ਲੱਗੀ ਅਗਰ ਮਜਲਿਸ ਚ ਬਹਿ ਕੇ ਰੋਂਦਾ ਬੈਠਾ ਇਤਨੀ ਦੇਰ ਜ਼ਰੂਰ ਰੋਵੇ ਜਿਤਨੀ ਦੇਰ ਕਮੀ ਨਜ਼ਰ ਬਾ ਮਰੇਂਦਾ ਰਹੀਏ ਹੱਥ ਬਣ ਕੇ ਅੱਜ ਰਹੀਏ ਨਾ ਮਾਰੇ ਨਾ ਜ਼ਖਮੀ ਆਪੇ ਮਾਰੋ ਵਾਹ 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 ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਜੀ 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 ਲੱਖ ਵਾਰੀ ਪੜਾਂ ਮੈਂ ਬਿਸਮਿਲਾ ਕਰਾਂ ਮੈਂ ਹੁਸੈਨ ਦਾ ਵਾਸਤਾ ਜਿਹੜਾ ਬੰਦਾ ਅੱਜ ਨਹੀਂ ਰੁਣਾ ਹੁਸੈਨ ਦਾ ਨਾਂ ਤੇ ਸਰ ਜਾਵੇ ਮੇਰੇ ਪਾਸੇ ਵੇਖੇ ਸੱਚਾ ਜੀ ਜਦੋਂ ਪਹਿਲਾ ਹਮਲਾ ਅੱਜਾ ਹਮਲਾ ਨੈਸ ਕੀਤਾ ਅੱਜਾ ਖੈਮਿਆਂ ਤੂੰ ਬਾਹਰ ਆਇਆ ਇਤਨਾ ਰੁਨੇ ਦਾੜੀ ਹੰਝੂਆਂ ਨਾਲ ਪੁੱਸ ਗਈ ਆਸਮਾਨ ਦੇ ਪਾਸੇ ਮੂੰਹ ਕਰਕੇ ਦੱਖਣਾ ਮੇਰਾ ਲਾ ਅਠਾਰਾਂ ਬਿਰਾਵਾਂ ਦੀ ਭੈਣੇ ਕਲਿਆਂ ਵੀ ਅਛੁੜੇ ਨਾ ਵਾਹ 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 ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਅੱਲਾ ਗਵਾਹ ਰਵੇ ਜੰਗਲਾਂ ਚ ਪਿਆ ਛੁੜੇ ਨਾ ਕਾਤਲਾਂ ਚ ਪਿਆ ਛੁੜੇ ਨਾ ਉੱਥੇ ਪਿਆ ਛੁੜੇ ਨਾ ਜਿੱਥੇ ਲੋਕਾਂ ਮੇਰੇ ਬਾਬੇ ਦੇ ਬਦਲੇ ਲਾਉਣੇ ਮਕਤਲ ਕਰਬਲਾ ਜਾ ਕੇ ਹੁਸੈਨ ਪਹਿਲਾ ਹਮਲਾ ਕੀਤਾ ਸ਼ਾਹਜੀ ਰੋਂਦਾ ਹੀ ਵਧਾ ਹੁਸੈਨ ਹਮਲਾ ਹੀ ਵਧਾ ਕਰੇਂਦਾ ਅੱਲਾ ਜਾਂਦਾ ਖੈਮੇ ਦੇ ਦਰ ਤੂੰ ਭੇਡੋ ਗਿਆ ਦੀ ਖੜੀਏ ਤ੍ਰੈ ਦੀਆਂ ਦਾ ਤੱਸਾ ਥੱਕੋ ਹੋਇਆ ਸੋਹਣਾ ਵਧਾ ਲੜਦਾ ਹੈ ਦੂਜੇ ਪਾਸੋਂ ਖੈਮਿਆਂ ਚੋਂ ਲਾਹੌਰ ਦੀ ਮਲਕਾ ਦੀ ਆਵਾਜ਼ ਆਈ ਹੈ ਤੇਰਾ ਤਾਂ ਲੜਦਾ ਵਧਾ ਮੇਰਾ ਹੱਥ ਮਲੇ ਦਾ ਟੁਰ ਗਿਆ ਵਾਹ 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 ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਭਾਈ ਜਾਨ ਮੱਕਾ ਨੇ ਕਰਬਲਾ ਜਾ ਕੇ ਹੱਕਲ ਮਾਰ ਗਿਆ ਤੇ ਕਿਤੇ ਲੁਕ ਗਈਆਂ ਮੇਰਾ ਅਕਬਰ ਦਾ ਕਾਤਿਲ ਮੈਦਾਨ ਚ ਕਿਉਂ ਨਾ ਆਉਂਦਾ ਮੇਰੇ ਅੱਬਾਸ ਦੇ ਬਾਜ਼ੂ ਕਲਮ ਕਰਨ ਵਾਲਾ ਅੱਲਾ ਜਾਣਦਾ ਹੱਕਲ ਮਾਰ ਗਿਆ ਤੇ ਮੇਰੇ ਨੇੜੇ ਕਿਉਂ ਨਾ ਆਉਂਦਾ ਮੇਰੇ ਅਸਵਰ ਨੂੰ ਤੀਰ ਮਾਰਨ ਵਾਲਾ ਮੈਨੂੰ ਅਜ਼ਮਤ ਹੁਸੈਨ ਦੀ ਕਸਮ ਹੈ ਇੱਕ ਕਮੀਨੇ ਦੀ ਗਰਦਨ ਤੇ ਹੁਸੈਨ ਤਲਵਾਰ ਰੱਖੀ ਹੈ ਕੰਬਦੇ ਹੱਥ ਬਣ ਗਿਆ ਦਾ ਅਕਬਰ ਦਾ ਕਾਤਲ ਛੋੜਾ ਹੈ ਗਾਜ਼ੀ ਦਾ ਕਾਤਲ ਛੋੜਾ ਹੈ ਮੈਂ ਤਾਂ ਤੇਰਾ ਸਾਲਾਂ ਦਾ ਬਾਲ ਮਾਰਿਆ ਹੈ ਰਾਜ ਰੁਨਾ ਰੋ ਗਿਆ ਦਾ ਅਕਬਰ ਦੇ ਕਤਲ ਤੇ ਮੈਂ ਖੈਮਿਆਂ ਚ ਗਈਆਂ ਅੱਬਾਸ ਦੀ ਸ਼ਹਾਦਤ ਖੈਮਿਆਂ ਚ ਗਈਆਂ ਜਿਹੜੇ ਦੇ ਜਿਹੜੇ ਵੇਲੇ ਦਾ ਮੇਰਾ ਕਾਸਮ ਪੁੱਠਾਈ ਮੇਰੀ ਧੀ ਬੁਰਕਾ ਪਾਈ ਖੜੀ ਆਦਿ ਗੜੀਏ ਬਾਬਾ ਮੈਨੂੰ ਕਬਰ ਦੀ ਜਾਨ ਹੋਵੇ ਗਧੜੀ ਜੋਗੀ ਜਾਤ ਦੇ ਓ ਮੇਰਾ ਰਹਬੀ ਬਖਸ਼ਾ ਖਾਤਮ ਅਲੰਬੀਆ ਸਲਾਵਾਤ ਅੱਲਾਹੁਮਾ ਸ਼ੱਲ ਅਲਾ ਇਹਨ ਜ਼ਾਕਿਰ ਅਲ ਬੈਤ ਮਲਿਕ ਜ਼ਾਕਿਰ।